ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕਿ ਦੂਜੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਪੈਰਾਮਿਲਟਰੀ ਫੋਰਸਜ ਉਹਨਾਂ ਨੇ ਆਪਣੇ ਜਿਹੜੇ ਪ੍ਰਬੰਧ ਨੇ ਉਹ ਵੀ ਪੂਰੇ ਪੁਖਤਾ ਕਰੇ ਹੋਏ ਨੇ ਕਿ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ। ਅਤੇ ਹੁਣ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਸਟੇਜ ਤੋਂ ਜਾਪ ਹੋ ਰਿਹਾ, ਕਾਫੀ ਸਮੇਂ ਤੋਂ ਜਾਪ ਹੋ ਰਿਹਾ। ਹੁਣ ਆਗੂ ਜਿਹੜੇ ਵੱਡੇ ਆਗੂ ਨੇ ਉਹ ਕਦੋਂ ਪਹੁੰਚਣਗੇ, ਕਿਵੇਂ ਦੀ ਗੱਲਬਾਤ ਰਹਿਣ ਵਾਲੀ ਆ, ਉਹ ਦੇਖਣਾ ਹੋਗਾ 11 ਵਜੇ ਨੂੰ। ਕਿਸਾਨ ਨੇ ਉਹ JCBਆਂ ਲੈ ਆਏ ਕਿ JCB ਨਾਲ ਅਸੀਂ ਬੈਰੀਗੇਡ ਸਾਈਡ ਤੇ ਹਟਾ ਕੇ ਅੱਗੇ ਵਧਾਂਗੇ, ਤੇ ਦੂਜੇ ਪਾਸੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਆ ਪੈਰਾਮਿਲਟਰੀ ਫੋਰਸਸ ਨੇ ਉਹਨਾਂ ਨੇ ਵੀ JCB ਮਸ਼ੀਨਾਂ ਲਿਆਂਦੀਆਂ ਹੋਈਆਂ ਨੇ, ਤਸਵੀਰਾਂ ਦੇਖ ਸਕਦੇ ਹੋ। ਸੈਂਟਰਲ ਪੰਜਾਬ TV ਤੁਸੀਂ ਦੇਖ ਰਹੇ ਹੋ, ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ, ਕਿਉਂਕਿ ਭਾਰਤੀ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਕਿਹਾ ਸੀ ਕਿ 21 ਫਰਵਰੀ ਨੂੰ 11 ਵਜੇ ਅਸੀਂ ਹਰਿਆਣੇ ਵੱਲ ਨੂੰ ਕੂਚ ਕਰਾਂਗੇ, ਉਸ ਤੋਂ ਬਾਅਦ ਦਿੱਲੀ ਪਹੁੰਚਾਂਗੇ। ਸ਼ੰਭੂ ਬਾਰਡਰ ਤੇ ਮੌਜੂਦ ਹਾਂ, ਤਿਆਰੀਆਂ ਕਿਵੇਂ ਨੇ ਕਿਸਾਨਾਂ ਦੀਆਂ, ਤਿਆਰੀਆਂ ਕਿਵੇਂ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੀਆਂ, ਉਹ ਤੁਹਾਨੂੰ ਦਿਖਾਵਾਂਗੇ, ਕਿਉਂਕਿ ਅੱਜ ਕਿਸਾਨਾਂ ਦਾ ਪ੍ਰਦਰਸ਼ਨ ਦਾ ਅੱਜ 9ਵਾਂ ਦਿਨ ਆ। 9 ਦਿਨ ਹੋ ਚੁੱਕੇ ਨੇ, 13 ਫਰਵਰੀ ਨੂੰ ਕਿਸਾਨ ਇੱਥੇ ਪਹੁੰਚੇ, ਉਸ ਤੋਂ ਬਾਅਦ ਲਗਾਤਾਰ ਇੱਥੇ ਹੀ ਪ੍ਰੋਟੈਸਟ ਚੱਲਿਆ, ਇੱਥੇ ਹੀ ਪ੍ਰਦਰਸ਼ਨ ਚੱਲਿਆ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕਿ ਦੂਜੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਪੈਰਾਮਿਲਟਰੀ ਫੋਰਸਜ ਉਹਨਾਂ ਨੇ ਆਪਣੇ ਜਿਹੜੇ ਪ੍ਰਬੰਧ ਨੇ ਉਹ ਵੀ ਪੂਰੇ ਪੁਖਤਾ ਕਰੇ ਹੋਏ ਨੇ ਕਿ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ, ਕਿਉਂਕਿ ਲਗਾਤਾਰ ਤਸਵੀਰਾਂ ਵੀ ਦੇਖ ਰਹੇ ਸੀ ਕਿ ਜਿਹੜੇ ਕਿਸਾਨ ਨੇ ਉਹ JCBਆਂ ਲੈ ਆਏ ਕਿ JCB ਨਾਲ ਅਸੀਂ ਬੈਰੀਗੇਡ ਸਾਈਡ ਤੇ ਹਟਾ ਕੇ ਅੱਗੇ ਵਧਾਂਗੇ, ਤੇ ਦੂਜੇ ਪਾਸੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਆ ਪੈਰਾਮਿਲਟਰੀ ਫੋਰਸਸ ਨੇ ਉਹਨਾਂ ਨੇ ਵੀ JCB ਮਸ਼ੀਨਾਂ ਲਿਆਂਦੀਆਂ ਹੋਈਆਂ ਨੇ, ਤਸਵੀਰਾਂ ਦੇਖ ਸਕਦੇ ਹੋ। ਵੱਡੀ ਗਿਣਤੀ 'ਚ ਪੈਰਾਮਿਲਟਰੀ ਫੋਰਸਸ ਇੱਥੇ ਮੌਜੂਦ ਆ, ਵੱਡੀ ਗਿਣਤੀ 'ਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨੇ ਜੋ ਦੇਖ ਰਹੇ ਨੇ ਕਿ ਜੇਕਰ ਕਿਸਾਨ ਅੱਗੇ ਵਧਣਗੇ ਤਾਂ ਅਸੀਂ ਉਹਨਾਂ ਨੂੰ ਰੋਕਾਂਗੇ। ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ 11 ਵਜੇ ਨੂੰ ਇੱਥੋਂ ਚੱਲ ਪੈਣਾ, ਇੱਥੋਂ ਅੱਗੇ ਵਧਾਂਗੇ। ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ, ਕਿਉਂਕਿ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਇਹ ਵੀ ਦਿਖਾਵਾਂਗੇ, ਇੱਕ ਪਾਸੇ ਤਾਂ ਇਹ ਰਸਤਾ ਦਿਖਾ ਰਹੇ ਹਾਂ, ਦੂਜੇ ਪਾਸੇ ਦੀਆਂ ਤਸਵੀਰਾਂ ਦੇਖੋ ਵੀ ਜਿਹੜੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਗੱਟੇ ਇੱਕ ਘੱਗਰ ਦੇ ਵਿੱਚ ਸੁੱਟਣ ਵਾਸਤੇ ਕਿ ਅਸੀਂ ਰਸਤਾ ਬਣਾ ਲਾਂਗੇ, ਅਸੀਂ ਆਪਣੇ ਰਸਤੇ ਬਣਾਵਾਂਗੇ। ਹੁਣ ਕਿਹੜੇ ਰਸਤੇ ਕਿਸ ਤਰੀਕੇ ਨਾਲ ਬਣਾਉਂਦੇ ਨੇ, ਇੱਧਰ ਦੀ ਜਾਂਦੇ ਨੇ ਜਾਂ ਕਿਸਾਨ ਘੱਗਰ ਦੇ ਵਿੱਚ ਦੀ ਜਾਂਦੇ ਨੇ, ਉਹ ਵੀ ਤਿਆਰੀਆਂ ਕਿਸਾਨਾਂ ਦੀਆਂ ਪੂਰੀਆਂ ਮੁਕੰਮਲ ਨੇ। ਅਤੇ ਸਾਹਮਣੇ ਪੂਰੀ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਨੇ ਕਿਸਾਨ ਆਗੂ ਨੇ ਉਹ ਬਹੁਤ ਹੀ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਪਹੁੰਚੇ ਹੋਏ ਨੇ ਅਤੇ ਲਗਾਤਾਰ ਪਹੁੰਚ ਰਹੇ ਨੇ ਕਿ 11 ਵਜੇ ਕਿਸਾਨ ਆਗੂ ਜੋ ਐਲਾਨ ਕਰਨਗੇ, ਜਿਸ ਤਰੀਕੇ ਨਾਲ ਸਾਨੂੰ ਕਹਿਣਗੇ ਉਸ ਤਰੀਕੇ ਨਾਲ ਅਸੀਂ ਅੱਗੇ ਵਧਾਂਗੇ। ਅਤੇ ਹੁਣ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਸਟੇਜ ਤੋਂ ਜਾਪ ਹੋ ਰਿਹਾ, ਕਾਫੀ ਸਮੇਂ ਤੋਂ ਜਾਪ ਹੋ ਰਿਹਾ। ਹੁਣ ਆਗੂ ਜਿਹੜੇ ਵੱਡੇ ਆਗੂ ਨੇ ਉਹ ਕਦੋਂ ਪਹੁੰਚਣਗੇ, ਕਿਵੇਂ ਦੀ ਗੱਲਬਾਤ ਰਹਿਣ ਵਾਲੀ ਆ, ਉਹ ਦੇਖਣਾ ਹੋਗਿਆ 11 ਵਜੇ ਨੂੰ ਕਿਸ ਤਰੀਕੇ ਨਾਲ ਉਹਨਾਂ ਦੀ ਪਲੈਨਿੰਗ ਆ ਕਿ ਅੱਗੇ ਇੱਧਰ ਹੀ ਜਿਹੜੇ ਘੱਗਰ ਦੇ ਬ੍ਰਿਜ ਨੇ ਉਹਨਾਂ 'ਤੇ ਹੀ ਵਧੀਏ ਜਾਂ ਘੱਗਰ ਦੇ ਵਿੱਚੋਂ ਦੀ ਅਸੀਂ ਹਰਿਆਣੇ 'ਚ ਐਂਟਰ ਹੋਈਏ, ਅਸੀਂ ਅੰਬਾਲੇ ਨੂੰ ਜਾਈਏ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਇਹੀ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੀਆਂ, ਕਿਉਂਕਿ ਜਿਹੜੀ ਪਲੈਨਿੰਗ ਆ ਕਿਸਾਨਾਂ ਦੀ ਉਹ ਪਲੈਨਿੰਗ ਪੂਰੀ ਆ ਕੇ ਅੱਜ ਅਸੀਂ ਅੱਗੇ ਵਧਣਾ ਹੀ ਵਧਣਾ, ਕਿਉਂਕਿ ਮੀਟਿੰਗਾਂ 'ਤੇ ਮੀਟਿੰਗਾਂ ਹੋਈਆਂ, ਕਾਫੀ ਕੁਝ ਹੋਇਆ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਲਗਾਤਾਰ ਜਿਹੜਾ 9 ਦਿਨਾਂ 'ਚ 4 ਮੀਟਿੰਗਾਂ ਕਿਸਾਨਾਂ ਨਾਲ ਹੋ ਚੁੱਕੀਆਂ ਨੇ, 4 ਮੀਟਿੰਗਾਂ ਵੀ ਬੇਸਿੱਟਾ ਰਹੀਆਂ। ਪ੍ਰਸਤਾਵ ਲਿਆਂਦਾ ਸਰਕਾਰ ਨੇ ਪਰ ਉਹ ਪ੍ਰਸਤਾਵ ਆ ਜਿਹੜਾ ਠੁਕਰਾ ਦਿੱਤਾ ਕਿਸਾਨਾਂ ਨੇ। ਦੇਖੋ ਹੁਣ ਤਿਆਰੀਆਂ, ਇੱਥੇ ਟਰਾਲੀਆਂ ਨੇ ਉਹ ਭਰੀਆਂ ਹੋਈਆਂ ਨੇ, ਮਿੱਟੀ ਦੇ ਜਿਹੜੇ ਗੱਟੇ ਨੇ, ਮਿੱਟੀ ਦੇ ਥੈਲੇ ਨੇ ਉਹ ਪੂਰੇ ਭਰੇ ਹੋਏ ਨੇ। ਅਤੇ ਕਿਸਾਨ ਕਹਿ ਰਹੇ ਨੇ ਕਿ ਸਾਡੀ ਪਲੈਨਿੰਗ ਹੋਊਗੀ, ਅਸੀਂ ਆਪਣੇ ਤਰੀਕੇ ਨਾਲ ਜਾਵਾਂਗੇ। ਉਹ ਪਲੈਨਿੰਗ ਕੀ ਰਹਿਣ ਵਾਲੀ ਆ, ਕਿਉਂਕਿ 11 ਵਜੇ ਕਿਸਾਨਾਂ ਨੇ ਚੱਲਣਾ। ਇਹ ਤੁਹਾਨੂੰ ਦਿਖਾਉਣਾ ਦੂਜਾ ਬ੍ਰਿਜ, ਪਹਿਲਾਂ ਦੂਜੇ ਬ੍ਰਿਜ ਦੀਆਂ ਤਸਵੀਰਾਂ ਦਿਖਾਈਆਂ ਨੇ, ਇੱਕ ਘੱਗਰ ਦਾ ਦੂਜਾ ਬ੍ਰਿਜ ਆ ਜਿੱਥੇ ਇੱਥੇ ਵੀ JCB ਮਸ਼ੀਨਾਂ ਬਹੁਤ ਵੱਡੀ ਗਿਣਤੀ 'ਚ ਫੋਰਸਿਸ ਆ
ਪੁਲਿਸ ਪ੍ਰਸ਼ਾਸਨ ਹਰਿਆਣਾ ਵੱਲੋਂ ਵੀ ਪੂਰੀਆਂ ਤਿਆਰੀਆਂ ਨੇ ਕਿ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ, ਪਰ ਕਿਸਾਨਾਂ ਦਾ ਵੀ ਹੁਣ ਇੱਕ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਅੱਗੇ ਵਧਾਂਗੇ, ਕਿਉਂਕਿ ਮੀਟਿੰਗਾਂ 'ਚ ਕੋਈ ਹੱਲ ਨਹੀਂ ਹੋਇਆ, ਮੀਟਿੰਗ 'ਚ ਕੋਈ ਗੱਲਬਾਤ ਨਹੀਂ ਹੋਈ, ਮੀਟਿੰਗ ਬੇਸਿੱਟਾ ਰਹੀਆਂ ਨੇ। ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੀ ਪਲੈਨਿੰਗ ਰਹਿਣ ਵਾਲੀ ਆ, ਕਿਸ ਤਰੀਕੇ ਨਾਲ ਇਸ ਬ੍ਰਿਜ ਦੇ ਉੱਪਰ ਕਿਸਾਨ ਜਾਣਗੇ, ਕਿਉਂਕਿ ਵੈਰੀਗੇਡਿੰਗ ਦੇਖ ਰਹੇ ਹੋ, ਸਮਿੰਟਡ ਕੰਧਾਂ ਦੇਖ ਰਹੇ ਹੋ, ਮਿਲਟਰੀ ਦੇਖ ਰਹੇ ਹੋ, ਪੈਰਾਮਿਲਟਰੀ ਫੋਰਸਸ ਦੇਖ ਰਹੇ ਹੋ, JCB ਮਸ਼ੀਨਾਂ ਖੜੀਆਂ ਨੇ ਇੱਥੇ ਲਗਾਤਾਰ। ਹੁਣ ਕਿਸਾਨ ਕਹਿ ਰਹੇ ਨੇ ਕਿ ਜਦੋਂ ਵੀ ਆਗੂ ਸਾਨੂੰ ਕਹਿਣਗੇ ਤਾਂ ਅਸੀਂ ਨਾਲ ਦੀ ਨਾਲ ਹੀ ਅੱਗੇ ਵਧਾਂਗੇ। ਸੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਕਿਸਾਨ ਅੱਗੇ ਵੱਧਦੇ ਨੇ ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਣਾ। ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਜਾ, ਸੈਂਟਰਲ ਪੰਜਾਬ TV, ਸ਼ੰਭੂ ਬਾਰਡਰ।